ਚਿੱਟਾ ਲੈਣਾ ਤਾਂ ਖੱਬੇ ਨੂੰ ਮੋੜ ਲਓ ਗੱਡੀ, 1 ਕਿਲੋਮੀਟਰ ਅੱਗੇ ਮਿਲਦਾ ਚਿੱਟਾ। ਥਾਂ ਥਾਂ ਦੀਵਾਰਾਂ ਦੇ ਉੱਤੇ ਲਿਖੇ ਹੋਏ ਇਹ ਨਿਸ਼ਾਨ, ਜਿਸ 'ਤੇ ਲਿਖਿਆ ਏ ਨਸ਼ਾ 1 ਕਿਲੋਮੀਟਰ, ਚਿੱਟਾ 2 ਕਿਲੋਮੀਟਰ, ਤਾਂ ਸਰਕਾਰੀ ਦੀਵਾਰ ਹੈ। ਸਰਕਾਰੀ ਅਦਾਰੇ ਦੀ ਦੀਵਾਰ ਦੇ ਉੱਤੇ ਇਸ ਤਰੀਕੇ ਦਾ ਕੁਝ ਲਿਖਿਆ ਦੇਖ ਅਫਸਰ ਹੈਰਾਨ ਰਹਿ ਗਏ ਕਿ ਆਖਿਰਕਾਰ ਇਹ ਲਿਖਿਆ ਕਿਸਨੇ ਹੈ, ਕਿਸਨੇ ਇਸ ਤਰੀਕੇ ਦੀ ਹਰਕਤ ਕੀਤੀ ਹੈ। ਜਾਂ ਤਾਂ ਪਿੰਡ ਦੇ ਲੋਕਾਂ ਨੇ ਪਰੇਸ਼ਾਨ ਹੋ ਕੇ ਲਿਖਿਆ ਹੈ, ਜਾਂ ਫਿਰ ਸੱਚੀ ਉਹ ਤਸਕਰ ਆਪਣੇ ਘਰ ਤੱਕ ਬੁਲਾ ਰਹੇ ਨੇ ਨਸ਼ਾ ਖਰੀਦਣ ਵਾਲਿਆਂ ਨੂੰ। ਇਹ ਤਾਂ ਹੁਣ ਜਾਂਚ ਦਾ ਵਿਸ਼ਾ ਹੈ, ਪਰ ਤਸਵੀਰਾਂ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਕਿਉਂਕਿ ਇਹਨਾਂ ਨੂੰ ਦੇਖ ਕੇ ਅਫਸਰ ਹੈਰਾਨ ਰਹਿ ਗਏ। ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਫਰੀਦਕੋਟ ਦੇ ਆਂਗਨਵਾੜੀ ਸੈਂਟਰ ਦੇ ਬਾਹਰੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਸੈਂਟਰ ਦੇ ਬਾਹਰ ਦੀਵਾਰ ਦੇ ਉੱਤੇ ਸਾਈਨ ਬੋਰਡ ਦੇ ਵਾਂਗ ਇਹ ਸਭ ਕੁਝ ਲਿਖਿਆ ਮਿਲਿਆ। ਤੁਸੀਂ ਪੜ੍ਹ ਹੀ ਸਕਦੇ ਹੋ ਕਿ ਲਿਖਿਆ ਹੈ ਚਿੱਟਾ ਖਰੀਦੋ 1 ਕਿਲੋਮੀਟਰ ਅੱਗੇ। ਆਂਗਨਵਾੜੀ ਮੁਲਾਜ਼ਮ ਆ ਜਿਹੜੇ ਉਹ ਦੇਖ ਕੇ ਹੈਰਾਨ ਹੋ ਗਏ। ਛੇਤੀ ਉਹਨਾਂ ਨੇ ਕਾਲੇ ਰੰਗ ਦੀ ਸ਼ਾਹੀ ਦੇ ਨਾਲ ਇਸ ਜੋ ਕੁਝ ਵੀ ਲਿਖਿਆ ਸੀ ਇਸ ਨੂੰ ਮਿਟਾ ਦਿੱਤਾ ਅਤੇ ਲੋਕਲ MC ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਪਰ ਤਸਵੀਰਾਂ ਹੈਰਾਨ ਕਰਨ ਦੇਣ ਵਾਲੀਆਂ ਨੇ ਕਿਉਂਕਿ ਚਿੱਟਾ ਲੈਣਾ ਤਾਂ ਮੁੜੋ ਖੱਬੇ 1 ਕਿਲੋਮੀਟਰ, ਇਸ ਤਰੀਕੇ ਦੀਆਂ ਗੱਲਾਂ ਦੀਵਾਰਾਂ 'ਤੇ ਲਿਖੀਆਂ ਸੀ ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਗਏ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਛੁੱਟੀਆਂ ਆ ਗਿਆ ਸੀ, ਸੰਡੇ ਦੀ ਤੇ ਮੰਡੇ ਦੀ ਦੋ ਛੁੱਟੀਆਂ ਆ ਗਈਆਂ। ਅੱਜ ਅਸੀਂ ਸੈਂਟਰ ਜਦੋਂ ਖੋਲਿਆ ਤੇ ਸਾਡੀ ਨਿਗਾਹ ਸਿੱਧੀ ਉੱਥੇ ਹੀ ਪਈ ਹੈ, ਉੱਪਰ ਲਿਖਿਆ ਹੋਇਆ ਵੱਡੇ ਵੱਡੇ ਅੱਖਰਾਂ 'ਚ ਚਿੱਟਾ ਲਵੋ। ਇਹ ਨਹੀਂ ਪਤਾ ਸਾਨੂੰ ਕੱਲ ਲਿਖਿਆ ਕਿ ਅੱਜ ਲਿਖਿਆ, ਤੇ ਸਾਰਾ ਰੰਗ ਵਗੈਰਾ ਪਿੱਛੇ ਪਿਆ ਹੋਇਆ। ਬਾਹਰ ਦੀਵਾਰ ਤੇ ਵੀ ਲਿਖਿਆ, ਬਾਹਰ ਦੀਵਾਰ ਤੇ ਵੀ 3-4 ਥਾਵਾਂ ਤੇ। ਤੁਸੀਂ ਕੋਈ ਦੱਸਿਆ ਮੋਤਵਰ ਬੰਦੇ ਨੂੰ ਜਾਂ ਆਪ ਦੇ ਡਿਪਾਰਟਮੈਂਟ ਨੂੰ? ਅਸੀਂ MC ਨੂੰ ਫੋਨ ਕੀਤਾ ਹੋਇਆ, ਅਮਲਜੀਤ MC ਇੱਥੋਂ ਦੇ, ਤੇ ਉਹਨਾਂ ਨੂੰ ਫੋਨ ਕੀਤਾ ਪਰ ਹਜੇ ਤੱਕ ਕੋਈ ਨਹੀਂ ਆਇਆ ਸਾਡੇ ਕੋਲ। ਕੀ ਲੱਗਦਾ ਸ਼ਰਾਰਤੀ ਕੀਤੀ ਕਿਸੇ ਨੇ ਜਾਂ ਮਤਲਬ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ? ਇਹ ਨਹੀਂ, ਹੁਣ ਸਾਨੂੰ ਅਸੀਂ ਕੁਛ ਨਹੀਂ ਕਹਿ ਸਕਦੇ ਵੀ ਕਿਸੇ ਨੂੰ ਫੜਾਉਣ ਦਾ ਤਰੀਕਾ ਉਹਨਾਂ ਦਾ, ਵੀ ਲਿਖਿਆ ਹੋਇਆ ਵੀ 1 ਕਿਲੋਮੀਟਰ ਜਾਂ ਕਿਸੇ ਨੇ ਫੜਾਉਣ ਦਾ ਤਰੀਕਾ, ਵੀ ਸਾਡੇ ਨਾਲ ਤਾਂ ਕੋਈ ਕਿਸੇ ਦਾ ਹੈ ਨਹੀਂ ਇਹ ਜਾਂ ਕੁਛ। ਠੀਕ, ਬਾਕੀ ਦੇਖੋ। ਚਿੱਟਾ ਲੈਣਾ ਤਾਂ ਖੱਬੇ ਨੂੰ ਮੋੜ ਲਓ ਗੱਡੀ, 1 ਕਿਲੋਮੀਟਰ ਅੱਗੇ ਮਿਲਦਾ ਚਿੱਟਾ। ਥਾਂ ਥਾਂ ਦੀਵਾਰਾਂ ਦੇ ਉੱਤੇ ਲਿਖੇ ਹੋਏ ਇਹ ਨਿਸ਼ਾਨ, ਜਿਸ 'ਤੇ ਲਿਖਿਆ ਏ ਨਸ਼ਾ 1 ਕਿਲੋਮੀਟਰ, ਚਿੱਟਾ 2 ਕਿਲੋਮੀਟਰ, ਤਾਂ ਸਰਕਾਰੀ ਦੀਵਾਰ ਹੈ। ਸਰਕਾਰੀ ਅਦਾਰੇ ਦੀ ਦੀਵਾਰ ਦੇ ਉੱਤੇ ਇਸ ਤਰੀਕੇ ਦਾ ਕੁਝ ਲਿਖਿਆ ਦੇਖ ਅਫਸਰ ਹੈਰਾਨ ਰਹਿ ਗਏ ਕਿ ਆਖਿਰਕਾਰ ਇਹ ਲਿਖਿਆ ਕਿਸਨੇ ਹੈ, ਕਿਸਨੇ ਇਸ ਤਰੀਕੇ ਦੀ ਹਰਕਤ ਕੀਤੀ ਹੈ। ਜਾਂ ਤਾਂ ਪਿੰਡ ਦੇ ਲੋਕਾਂ ਨੇ ਪਰੇਸ਼ਾਨ ਹੋ ਕੇ ਲਿਖਿਆ ਏ, ਜਾਂ ਫਿਰ ਸੱਚੀ ਉਹ ਤਸਕਰ ਆਪਣੇ ਘਰ ਤੱਕ ਬੁਲਾ ਰਹੇ ਨੇ ਨਸ਼ਾ ਖਰੀਦਣ ਵਾਲਿਆਂ ਨੂੰ। ਇਹ ਤਾਂ ਹੁਣ ਜਾਂਚ ਦਾ ਵਿਸ਼ਾ ਹੈ, ਪਰ ਤਸਵੀਰਾਂ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਕਿਉਂਕਿ ਇਹਨਾਂ ਨੂੰ ਦੇਖ ਕੇ ਅਫਸਰ ਹੈਰਾਨ ਰਹਿ ਗਏ। ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਫਰੀਦਕੋਟ ਦੇ ਆਂਗਨਵਾੜੀ ਸੈਂਟਰ ਦੇ ਬਾਹਰੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਸੈਂਟਰ ਦੇ ਬਾਹਰ ਦੀਵਾਰ ਦੇ ਉੱਤੇ ਸਾਈਨ ਬੋਰਡ ਦੇ ਵਾਂਗ ਇਹ ਸਭ ਕੁਝ ਲਿਖਿਆ ਮਿਲਿਆ। ਤੁਸੀਂ ਪੜ੍ਹ ਹੀ ਸਕਦੇ ਹੋ ਕਿ ਲਿਖਿਆ ਹੈ ਚਿੱਟਾ ਖਰੀਦੋ 1 ਕਿਲੋਮੀਟਰ ਅੱਗੇ। ਆਂਗਨਵਾੜੀ ਮੁਲਾਜ਼ਮ ਆ ਜਿਹੜੇ ਉਹ ਦੇਖ ਕੇ ਹੈਰਾਨ ਹੋ ਗਏ। ਛੇਤੀ ਉਹਨਾਂ ਨੇ ਕਾਲੇ ਰੰਗ ਦੀ ਸ਼ਾਹੀ ਦੇ ਨਾਲ ਇਸ ਜੋ ਕੁਝ ਵੀ ਲਿਖਿਆ ਸੀ ਇਸ ਨੂੰ ਮਿਟਾ ਦਿੱਤਾ ਅਤੇ ਲੋਕਲ MC ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਪਰ ਤਸਵੀਰਾਂ ਹੈਰਾਨ ਕਰਨ ਦੇਣ ਵਾਲੀਆਂ ਨੇ ਕਿਉਂਕਿ ਚਿੱਟਾ ਲੈਣਾ ਤਾਂ ਮੁੜੋ ਖੱਬੇ 1 ਕਿਲੋਮੀਟਰ, ਇਸ ਤਰੀਕੇ ਦੀਆਂ ਗੱਲਾਂ ਦੀਵਾਰਾਂ 'ਤੇ ਲਿਖੀਆਂ ਸੀ ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਗਏ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ,
ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਛੁੱਟੀਆਂ ਆ ਗਿਆ ਸੀ ਹਾਂਜੀ, ਸੰਡੇ ਦੀ ਤੇ ਮੰਡੇ ਦੀ ਦੋ ਛੁੱਟੀਆਂ ਆ ਗਈਆਂ। ਅੱਜ ਅਸੀਂ ਸੈਂਟਰ ਜਦੋਂ ਖੋਲਿਆ ਤੇ ਸਾਡੀ ਨਿਗਾਹ ਸਿੱਧੀ ਉੱਥੇ ਹੀ ਪਈ ਹੈ, ਉੱਪਰ ਲਿਖਿਆ ਹੋਇਆ ਵੱਡੇ ਵੱਡੇ ਅੱਖਰਾਂ 'ਚ ਚਿੱਟਾ ਲਵੋ। ਇਹ ਨੀ ਪਤਾ ਸਾਨੂੰ ਕੱਲ੍ਹ ਲਿਖਿਆ ਕਿ ਅੱਜ ਲਿਖਿਆ, ਤੇ ਸਾਰਾ ਰੰਗ ਵਗੈਰਾ ਪਿੱਛੇ ਪਿਆ ਹੋਇਆ। ਬਾਹਰ ਦੀਵਾਰ ਤੇ ਵੀ ਲਿਖਿਆ? ਬਾਹਰ ਦੀਵਾਰ ਤੇ ਵੀ ਤਿੰਨ ਚਾਰ ਥਾਵਾਂ ਤੇ ਲਿਖਿਆ। ਤੁਸੀਂ ਕੋਈ ਦੱਸਿਆ ਮੋਤਵਰ ਬੰਦੇ ਨੂੰ ਜਾਂ ਆਪਣੇ ਡਿਪਾਰਟਮੈਂਟ ਨੂੰ? ਅਸੀਂ ਐਮਸੀ ਨੂੰ ਫੋਨ ਕੀਤਾ ਹੋਇਆ, ਅਮਲਜੀਤ ਐਮਸੀ ਇੱਥੋਂ ਦੇ, ਤੇ ਉਹਨਾਂ ਨੂੰ ਫੋਨ ਕੀਤਾ ਪਰ ਹਜੇ ਤੱਕ ਕੋਈ ਨਹੀਂ ਆਇਆ ਸਾਡੇ ਕੋਲ। ਕੀ ਲੱਗਦਾ ਸ਼ਰਾਰਤ ਕੀਤੀ ਕਿਸੇ ਨੇ ਜਾਂ ਮਤਲਬ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ? ਇਹ ਨਹੀਂ, ਹੁਣ ਸਾਨੂੰ ਅਸੀਂ ਕੁਛ ਨਹੀਂ ਕਹਿ ਸਕਦੇ ਵੀ ਕਿਸੇ ਨੂੰ ਫੜਾਉਣ ਦਾ ਤਰੀਕਾ ਉਹਨਾਂ ਦਾ ਵੀ ਲਿਖਿਆ ਹੋਇਆ ਵੀ 1 ਕਿਲੋਮੀਟਰ ਜਾਂ ਕਿਸੇ ਨੇ ਫੜਾਉਣ ਦਾ ਤਰੀਕਾ ਵੀ ਸਾਡੇ ਨਾਲ ਤਾਂ ਕੋਈ ਕਿਸੇ ਦਾ ਹੈ ਨਹੀਂ ਇਹ ਜਾਂ ਕੁਛ। ਠੀਕ, ਬਾਕੀ ਦੇਖੋ।